ਸਟਿਫੀਕਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਕਰਾਂਗੇ ਬਿਨੇ ਪੱਤਰ ਜਿਸ ਤਰ੍ਹਾਂ ਤੁਹਾਨੂੰ ਕੋਈ ਆਪਣੇ ਘਰ ਦੇ ਵਿੱਚ ਕੋਈ ਜ਼ਰੂਰੀ ਕੰਮ ਹੈ ਤੇ ਤੁਹਾਨੂੰ ਛੁੱਟੀ ਚਾਹੀਦੀ ਹੈ ਤੇ ਤੁਸੀਂ ਲਿਖੋਗੇ ਅਰਜੀ ਜ਼ਰੂਰੀ ਕੰਮ ਦੇ ਲਈ ਠੀਕ ਹੈ ਜਿਸ ਤਰ੍ਹਾਂ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲੈਣ ਲਈ ਬਿਨੇ ਪੱਤਰ ਸਭ ਤੋਂ ਪਹਿਲੇ ਅਸੀਂ ਲਿਖਾਂਗੇ ਸੇਵਾ ਵਿਖੇ ਫਿਰ ਆਏਗਾ ਮੁੱਖ ਅਧਿਆਪਕ ਸਾਹਿਬ ਇਸ ਤੋਂ ਬਾਅਦ ਕੋਮਨ ਜਰੂਰ ਆਵੇਗਾ ਨੈਕਸਟ ਸਰਕਾਰੀ ਹਾਈ ਸਕੂਲ ਫਿਰ ਕੋਮਾ ਆਏਗਾ ਫਿਰ ਨੈਕਸਟ ਆਏਗਾ ਸ਼ਹਿਰ ਤੁਹਾਡਾ ਕੋਈ ਵੀ ਸ਼ਹਿਰ ਪਿੰਡ ਜੋ ਵੀ ਆ ਤੁਸੀਂ ਉਹ ਹੀ ਲਿਖਣਾ ਹੈ ਤੇ ਬੱਚਿਓ ਕੋਮੇ ਵਗੈਰਾ ਦਾ ਧਿਆਨ ਜ਼ਰੂਰ ਰੱਖਿਓ ਕਿਉਂਕਿ ਚਿੱਠੀ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ ਨੈਕਸਟ ਆਏਗਾ ਸ਼੍ਰੀਮਾਨ ਜੀ ਫਿਰ ਕੋਮਾ ਆਏਗਾ ਹੁਣ ਚਿੱਠੀ ਲਿਖਦੇ ਆ ਸਨੇਮਰ ਬੇਨਤੀ ਹੈ ਕਿ ਮੈਨੂੰ ਕੱਲ ਬਹੁਤ ਜ਼ਰੂਰੀ ਕੰਮ ਹੈ ਇਸ ਲਈ ਮੈਂ ਅੱਜ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ। ਕਿਰਪਾ ਕਰਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਜੀ ਦੀ ਬਹੁਤ ਧੰਨਵਾਦੀ ਹੋਵਾਂਗੀ। ਫਿਰ ਅਸੀਂ ਲਿਖਾਂਗੇ ਆਪ ਦੀ ਆਗਿਆਕਾਰੀ ਇਸ ਤੋਂ ਬਾਅਦ ਫਿਰ ਕੋਮਾ ਆਏਗਾ ਫਿਰ ਤੁਹਾਡਾ ਨਾਮ ਰੋਲ ਨੰਬਰ ਤੇ ਸ਼੍ਰੇਣੀ। ਤੇ ਬੱਚਿਓ ਨਾਮ ਰੋਲ ਨੰਬਰ ਤੇ ਕਲਾਸ ਲਿਖਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਲਾਸਟ ਵਿੱਚ ਆ ਜਾਏਗਾ ਮਿੱਤੀ। ਤਾਨੂੰ ਜਿਸ ਦਿਨ ਦੀ ਵੀ ਛੁੱਟੀ ਚਾਹੀਦੀ ਹੈ ਤੁਸੀਂ ਉਹੀ ਤਾਰੀਖ ਇੱਥੇ ਲਿਖੋਗੇ ਆਸ ਕਰਦੀਆਂ ਕਿ ਇਹ ਵੀਡੀਓ ਤੁਹਾਡੇ ਲਈ ਹਲਪਫੁਲ ਰਹੀ ਹੋਵੇਗੀ ਅਗਰ ਵੀਡੀਓ ਵਧੀਆ ਲੱਗੀ ਹੋਏ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਚ